ஸ்வரூபம். அவர் ஸ்ரீ சுவாசினி கரடாவளம் ஸ்வரூபம் சித்தாந்தி கர்த்தவேதாஸ் பதியாதி கர்த்தவே வாயு ஜி ਉਹਨੇ ਜ਼ਿਕਰ ਕੀਤਾ ਹੈ ਕਿ ਅਸੀਂ
ਜਦੋਂ ਫੇਰੂ ਸਾਹਿਬ ਬਣ ਕੇ ਕੁਛ ਬੰਦਿਆਂ ਦੀ ਇੰਟਰਵਿਊ ਕੀਤੀ, ਉਹਨਾਂ 'ਚ ਆਈ ਜੀ ਰੇਸ ਦਾ ਆਦਮੀ ਹੈ, ਉਹਦਾ ਨਾਮ ਵੀ ਉਹ ਲਿਖਿਆ ਮੈਨੂੰ ਦੱਸਣ ਗਿਆ, ਪਰ ਉਹਦਾ ਸੰਬੰਧ ਜੋ ਹੈ ਉਹ ਦਲਿਤ ਸ਼੍ਰੇਣੀ ਨਾਲ ਹੈ। ਉਹ ਕਹਿ ਰਿਹਾ ਹੈ ਕਿ ਮੈਂ ਆਈ ਜੀ ਏਡੇ ਵੱਡੇ ਅਹੁਦੇ 'ਤੇ ਹੋ ਕੇ ਵੀ ਦਲਿਤ ਨੇ ਮੇਰਾ ਪਿੱਛਾ ਨਹੀਂ ਛੱਡਿਆ, ਔਰ ਉਸਨੂੰ ਕੁਝ ਜਾਤੀਆਂ ਨੇ ਆਪਣੇ ਇਲਾਕੇ ਵਿੱਚ ਕਹੋ ਉਹਨੂੰ ਘਰ ਨਹੀਂ ਬਣਾਉਣ ਦਿੱਤਾ, ਉਹਨੂੰ ਜਾ ਕੇ ਦਲਿਤ ਵਾਸੀਆਂ ਦੇ ਮੁਹੱਲੇ ਵਿੱਚ ਆਪਣਾ ਘਰ ਬਣਾਉਣਾ ਪਿਆ। ਗੁਜਰਾਤ ਦਾ ਆਈ ਜੀ ਹੈ ਇਸ ਕਰਕੇ ਕਿ ਤੂੰ ਦਲਿਤ ਹੈ, ਔਰ ਉਸਨੇ ਹੋਰ ਵੀ ਬੜਾ ਕੁਛ ਕਿਹਾ ਕਿ ਸਾਨੂੰ ਜਿਹੜੇ ਉੱਚ ਜਾਤੀ ਦੇ ਅਫਸਰ ਹਨ ਉਹਨਾਂ ਦੇ ਕਈ ਘਟੀਆ ਕੰਮ ਵੀ ਕਰਨੇ ਪੈਂਦੇ ਹਨ, ਇਹ ਫਰਕ ਹੈ ਹਿੰਦੂ ਧਰਮ ਦਾ ਔਰ ਸਿੱਖ ਧਰਮ ਦਾ। ਉਹਨਾਂ ਨੂੰ ਇਹ ਗੱਲ ਚੁਣਦੀ ਹੈ ਕਿ ਜੇ ਉਹ ਸਿੱਖ ਪੰਥ ਵਿੱਚ ਸ਼ਾਮਿਲ ਹੋਵੇ ਤਾਂ ਉੱਥੇ ਕੂਚ ਨੀਚ ਦਾ ਕਿਸੇ ਨਾਲ ਵਿਤਕਰਾ ਬਿਲਕੁਲ ਨਹੀਂ ਹੋਣਾ, ਹੋਇਆ ਵੀ ਨਹੀਂ ਹੈ। ਦੁਨੀਆਂ ਵਿੱਚ ਇੱਕੋ ਇੱਕ ਸਿੱਖ ਰਾਜ ਜੇ ਗੱਲ ਕਰੀਏ ਜਿਹਨਾਂ ਨੇ ਨਾ ਮੰਦਰ ਢਾਏ ਨਾ ਮਸੀਤਾਂ ਢਾਈਆਂ, ਪਰ ਦੂਜੇ ਬਣੀਆਂ ਚਲੋ ਜੇ ਮੰਦਰ ਬਣਾਉਣ ਵਾਲਿਆਂ ਦਾ ਰਾਜ ਆਇਆ ਤਾਂ ਉਹਨਾਂ ਨੇ ਮਸੀਤਾਂ ਢਾ ਦਿੱਤੀਆਂ, ਜੇ ਮਸੀਤਾਂ ਵਾਲਿਆਂ ਦਾ ਰਾਜ ਆਇਆ ਉਹਨਾਂ ਨੇ ਮੰਦਰ ਢਾ ਦਿੱਤੇ। ਇੱਕ ਸਿੱਖ ਰਾਜ ਹੈ ਜਿਹਨਾਂ ਨੇ ਨਾ ਮਸੀਤ ਢਾਈ ਨਾ ਮੰਦਰ ਢਾਇਆ, ਉਹ ਸਾਰਿਆਂ ਦਾ ਸਤਿਕਾਰ ਕੀਤਾ। ਅੱਜ ਕੱਲ੍ਹ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸਾਡਾ ਸਿੱਖ ਨਾਮ ਕਰਨ ਕਰਨ ਲਈ, ਸਾਡੇ ਸਰਕਾਰ ਜੋ ਡਾਕਟਰ ਸਾਹਿਬ ਨੇ ਮੈਨੂੰ ਹੁਣੇ ਦਿਖਾਈ ਹੈ, ਔਰ ਉਹਨਾਂ ਦਾ ਇਹ ਦਾਅਵਾ ਹੈ ਜਾਂ ਕਰ ਰਹੇ ਹਨ ਕਿ ਸਿੱਖ ਪੰਥ ਵਿੱਚ ਜਾਂ ਸਿੱਖ ਧਰਮ ਵਿੱਚ ਇੱਕ ਪੰਥ ਔਰ ਇੱਕ ਗ੍ਰੰਥ ਦਾ ਕੋਈ ਸਿਧਾਂਤ ਹੀ ਨਹੀਂ ਹੈ। ਅਰਦਾਸ ਅੱਜ ਕਰੇ ਕਿ ਸਿਧਾਂਤ ਹੀ ਗੁਰੂ ਗ੍ਰੰਥ ਔਰ ਗੁਰੂ ਪੰਥ ਦਾ ਹੈ। ਦੂਸਰੀ ਸਾਰੇ ਆਪਾਂ ਜਾਣਦੇ ਹਾਂ ਪਰ ਵਿਚਾਰ ਇਹ ਕਰਨੀ ਹੈ ਕਿ ਅਸੀਂ ਇੱਕ ਥਾਂ ਇਕੱਠੇ ਕਿਉਂ ਨਹੀਂ ਹੋ ਸਕੇ, ਇਕੱਠੇ ਹੋਣ ਤੋਂ ਬਿਨਾਂ ਕੋਈ ਮਸਲਾ ਹੱਲ ਨਹੀਂ ਹੁੰਦਾ। ਇਸ ਕਰਕੇ ਹੋ ਰਿਹਾ ਕਿ ਸਾਡਾ ਸਿਧਾਂਤ ਤੋੜ ਦਿੱਤਾ ਗਿਆ। ਸਿਧਾਂਤ ਹੈ ਗੁਰੂ ਗ੍ਰੰਥ ਔਰ ਗੁਰੂ ਪੰਥ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਸਾਨੂੰ ਸਿਧਾਂਤ ਦਿੱਤਾ ਕਿ ਸਾਡੀ ਆਤਮਾ ਗ੍ਰੰਥ ਵਿੱਚ, ਸਰੀਰ ਸਾਡਾ ਪੰਥ ਵਿੱਚ। ਔਰ ਇਸ ਦੁਨੀਆਂ ਦਾ ਇੱਕੋ ਇੱਕ ਧਰਮ ਹੈ ਜਿਹਦੇ ਸਾਡੇ ਗੁਰਬਾਣੀ ਹਨ, ਲਿਖਤੀ ਹਨ ਔਰ ਸਾਡੇ ਕੱਲ੍ਹ ਦੀ ਗੁਨਾਹ ਹਨ। 317 ਸਾਲ ਤੋਂ 60 ਸਾਲ ਦੀ ਉਮਰ ਲਾਈ ਸ਼ਹੀਦ ਪੀੜ੍ਹੀਆਂ ਬਣਦੀਆਂ ਔਰ ਸ਼ਹਿਰ ਪੀੜ੍ਹੀਆਂ 'ਚ ਗਾਇਬ ਗਾਇਬ ਜਾਂਦੀ। ਦਾਸ ਅੱਜ ਕਰ ਰਿਹਾ ਸੀ ਕਿ ਦਸਵੇਂ ਨਾਨਕ ਨੇ ਸਿਧਾਂਤ ਕੀ ਦਿੱਤਾ ਕਿ ਸਾਡੀ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਔਰ ਉੱਥੇ ਮੋਹਰ ਲੱਗੀ ਹੈ ਇਤਿਹਾਸ ਨੇ ਲਾਈ ਕਿ ਭਾਈ ਨੰਦ ਲਾਲ ਸਿੰਘ ਜੀ ਨੇ ਸਵਾਲ ਕੀਤਾ ਗੁਰੂ ਸਾਹਿਬ ਅੱਗੇ ਕਿ ਜੇ ਤੁਹਾਡੀ ਜੁੱਤੀ ਉਸ ਮੌਤ ਤੋਂ ਬਾਅਦ ਸਰੀਰ ਦੇ ਦਰਸ਼ਨ ਕਰਨੇ ਹੋਣ ਤਾਂ ਕਿਵੇਂ ਕੀਤੇ ਜਾ ਸਕਦੇ। ਉਹਨਾਂ ਨੂੰ ਕਿਹਾ ਸਾਡੇ ਸਰੀਰ ਦੇ ਦਰਸ਼ਨ ਕਰਨੇ ਹੋਣ ਅਤੇ ਅੰਮ੍ਰਿਤਧਾਰੀ ਸਿੰਘਾਂ ਵਿੱਚੋਂ ਹੋਣਗੇ। ਦੂਸਰਾ ਸਵਾਲ ਭਾਈ ਨੰਦ ਲਾਲ ਸਿੰਘ ਜੀ ਨੇ ਕੀਤਾ ਕਿ ਜੇ ਅਸੀਂ ਤੁਹਾਡੇ ਨਾਲ ਗੱਲਾਂ ਕਰਨੀਆਂ ਹੋਣ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਕਿਹਾ ਕਿ ਮੇਰੇ ਨਾਲ ਗੱਲਾਂ ਕਰਨੀਆਂ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰੋ, ਭਾਵ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਮੇਰੇ ਨਾਲ ਹੀ ਗੱਲਾਂ ਹੋਣਗੀਆਂ। ਇਸ ਸਿਧਾਂਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਨਾਲ ਵੱਖ ਕਰ ਦਿਓ, ਉਹ ਸਾਰੇ ਸਿਧਾਂਤ ਐਸਾ ਨਹੀਂ ਹੈ। ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਸਪਸ਼ਟ ਹੈ, ਜੋ ਤੋਹਾ ਜੋ ਸਾਈ ਸਹਿਤਾ ਫਿਰ ਬੈਠੀਏ। ਔਰ ਭਾਈ ਨੰਦ ਲਾਲ ਨੇ ਸਪਸ਼ਟ ਕਰਕੇ ਲਿਖਿਆ ਹੈ ਕਿ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਹੈ। ਸੋ ਅੱਜ ਗੁਰੂ ਨਾਨਕ ਔਰ ਗੁਰੂ ਗੋਬਿੰਦ ਸਿੰਘ ਨੂੰ ਵੱਖ ਕਰਨ ਲਈ ਜੋ ਸਾਹਸਾਂ ਚੱਲੀਆਂ ਜਾ ਰਹੀਆਂ ਨੇ ਉਹਦੇ ਬਾਰੇ ਥੋੜ੍ਹਾ ਸਾਨੂੰ ਵਿਚਾਰ ਕਰਨ ਦੀ ਲੋੜ ਹੈ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਔਰ ਗੁਰੂ ਗ੍ਰੰਥ ਸਾਹਿਬ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਪਰ ਦੂਸਰੀ ਗੱਲ ਇਹਨੂੰ ਸੁਧਾਰਿਆ ਕਿੱਦਾਂ ਜਾਵੇ। ਸਾਡੇ ਸਰਕਾਰ ਨੂੰ ਕਹਿੰਦੇ ਨਰਮਜੀਤ ਸਿੰਘ ਨੇ ਗੱਲ ਕੀਤੀ ਹੈ, ਉਹ ਸਿਰਫ ਇਸ਼ਾਰੇ ਮਾਤਰ ਦਾ ਸਿਰਥਾਂ ਕਰਨੀ ਹੈ ਕਿ ਬਹੁਤ ਹੀ ਕੰਮ ਦੀ ਗੱਲ ਉਹਨਾਂ ਨੇ ਕਹੀ ਕਿ ਜੇ ਹਿਊਮਨ ਰਾਈਟਸ ਸਾਡੇ ਸਿੱਖ ਬੀਬੀਆਂ ਨੂੰ ਮਿਲੇ ਤਾਂ ਉਹਨਾਂ ਸਿੱਖੀ ਹੀ ਛੱਡੀ। ਇਹ ਬਹੁਤ ਗੰਭੀਰ ਸਵਾਲ ਹੈ, ਬਹੁਤ ਹੀ ਗੰਭੀਰ ਸਵਾਲ ਹੈ। ਹਿਊਮਨ ਰਾਈਟਸ ਬੀਬੀਆਂ ਨੂੰ ਮਿਲਦਾ ਇਹ ਮਤਲਬ ਨਹੀਂ ਸਿੱਖੀ ਹੀ ਛੱਡੀ। ਸਿੱਖੀ ਪ੍ਰਚਾਰ ਨਹੀਂ ਹੈ ਅਤੇ ਬੀਬੀ ਮਾਂ ਹੈ। 16 ਸਾਲ ਦੀ ਉਮਰ ਤੱਕ ਅਗਰ ਸਿੱਖ ਮਾਂ ਆਪਣੇ ਬੱਚੇ ਨੂੰ ਸਿੱਖ ਸਿਧਾਂਤ ਬਾਰੇ ਸਮਝਾ ਦੇਵੇ,
ਔਰ ਸਿੱਖ ਧਰਮ ਸਿੱਧਾ ਸਾਧਾ ਧਰਮ ਹੈ, ਇਹਨੂੰ ਵਾਰ ਪਾ ਰਿਹਾ, ਇਹਦਾ ਦੂਜਿਆਂ ਨੂੰ ਲਿਆਉਣਾ ਪਾਉਂਦਾ ਹੈ। ਔਰ ਬੜੀ ਸਿੱਧੀ ਗੱਲ ਹੈ ਕਿ ਗੁਰੂ ਸਾਹਿਬ ਨੇ ਕਿਹਾ ਚਾਰ ਗ੍ਰਹਿਤਾਂ ਨਹੀਂ ਕਰਨੀਆਂ, ਇਹ ਚਾਰ ਗ੍ਰਹਿਤਾਂ ਅਸੀਂ ਜਨਮ ਦੇ ਬੱਚੇ ਨੂੰ ਦੱਸਣੀਆਂ ਨਹੀਂ ਕਰਨੀਆਂ। ਆਮ ਹੋ ਗਿਆ ਕਿ ਉਹ ਸ਼ਕਲ ਤੋਂ ਬਾਅਦ ਨਾ ਇੱਥੋਂ ਅਸੀਂ ਮਾਰ ਖਾ ਗਏ ਕਿ ਸਾਨੂੰ ਬਚਪਨ ਤੋਂ ਨਹੀਂ ਦੱਸਿਆ ਗਿਆ ਕਿ ਆਹ ਚਾਰ ਗ੍ਰਹਿਤਾਂ ਨਹੀਂ ਕਰਨੀਆਂ, ਗੁਰੂਆਂ ਦੀ ਬੇਨਤੀ ਨਹੀਂ ਕਰਨੀ, ਕਿਸੇ ਕਿਸਮ ਦਾ ਨਸ਼ਾ ਨਹੀਂ ਕਰਨਾ, ਤੰਬਾਕੂ ਨਹੀਂ ਪੀਣਾ, ਔਰ ਕ੍ਰਿਕਟਰ ਆਪਣਾ ਉੱਚਾ ਰੱਖਣਾ। ਅੱਜ ਅਸੀਂ ਲੋੜ ਹੈ ਕਿ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਕੀ ਹੈ, ਨਸ਼ਾ ਨਹੀਂ ਕਰਨਾ, ਗੁਰੂਆਂ ਦੀ ਬੇਨਤੀ ਨਹੀਂ ਕਰਨੀ। ਔਰ ਜਦੋਂ ਉੱਚੀ ਆਚਰਣ ਦੀ ਗੱਲ ਕਰਾਂਗੇ ਤਾਂ ਬੜੀ ਸਪੱਸ਼ਟ ਹੈ ਕਿ ਸਿੱਖ ਮੁੰਡੇ ਕੁੜੀਆਂ ਨੇ ਵਿਆਹ ਤੋਂ ਪਹਿਲਾਂ ਕਿਸੇ ਨਾਲ ਸਰੀਰ ਸੰਬੰਧ ਵੀ ਨਹੀਂ ਬਣਾਉਂਦੇ, ਐਸਾ ਆਚਰਣ ਰੱਖਣਾ ਹੈ। ਇਹ ਲੋੜ ਹੈ ਸਾਨੂੰ ਗੱਲ ਸ਼ੁਰੂ ਕਰਨ ਦੀ, ਪਹਿਲਾਂ ਤੋਂ ਅਸੀਂ ਸਿੱਖ ਧਰਮ ਦੇ ਕਦਰਾਂ ਕੀਮਤਾਂ ਆਪਣੇ ਬੱਚਿਆਂ ਨੂੰ ਪਹਿਲਾਂ ਸਮਝਾਈਏ। ਦੂਜੀ ਗੱਲ ਰਾਜ ਸੀ ਹੈ, ਜਦੋਂ ਆਪਾਂ ਰਾਜ ਦੀ ਗੱਲ ਕਰਾਂਗੇ, ਜੇ ਸਾਡੀ ਆਪਣੀ ਦੁੱਖੀ ਪਛਾਣ ਹੀ ਖਤਮ ਹੋ ਗਈ, ਜੇ ਖਾਲਸੇ ਦੀ ਆਪਣੀ ਪਛਾਣ ਹੀ ਨਾ ਰਹੀ, ਫਿਰ ਖਾਲਿਸਤਾਨ ਕਰਾਂਗੇ, ਖਾਲਿਸਤਾਨ ਪੜੇ। ਜੇ ਖਾਲਸੇ ਦੀ ਆਪਣੀ ਪਛਾਣ ਹੀ ਕੋਈ ਨਹੀਂ, ਸੋ ਇਹ ਗੰਭੀਰਤਾ ਨਾਲ ਆਪਾਂ ਗੱਲਾਂ ਸੋਚਣ ਵਾਲੀਆਂ ਹਨ ਕਿ ਅੱਜ ਲੋੜ ਹੈ ਸਿੱਖ ਇੱਕ ਵੱਖਰਾ ਧਰਮ ਹੈ ਔਰ ਹਿੰਦੂ ਧਰਮ ਨਾਲੋਂ ਬਿਲਕੁਲ ਹੀ ਉੱਠਦਾ ਹੈ। ਸਿੱਖ ਇੱਕ ਕੌਮ ਹੈ, ਇਹ ਭਾਈ ਦੋਨਾਂ ਚੀਜ਼ਾਂ 'ਤੇ ਅਸੀਂ ਵਿਚਾਰ ਕਰਨੀ ਹੈ, ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਸਿੱਖ ਰਾਜ ਵੀ ਸੰਘਰਸ਼ ਕਰਦੀਆਂ ਹਨ, ਕਰਨਾ ਵੀ ਚਾਹੀਦਾ ਹੈ, ਕਿਉਂਕਿ ਅਣਖ ਵਾਲੀਆਂ ਕੌਮਾਂ ਕੱਲੂ ਕਾਰਜ 'ਚ ਨਹੀਂ ਮਰਦੀਆਂ, ਸੁਲਭ 'ਚ ਮਰਦੀਆਂ। ਔਰ ਆਪਾਂ ਲੋਕ ਕਰੀਏ ਤਾਂ ਜੇ ਸੁਲਭ 'ਚ ਮਰੇ, ਅਸੀਂ ਸਿਧਾਂਤ ਛੱਡਿਆ, ਗੱਲ ਦਾਸ ਕਰ ਰਹੇ ਸੀ ਕਿ ਏਕਤਾ ਕਿਵੇਂ ਹੋ ਸਕਦੀ ਹੈ। ਪੰਥ ਵਿੱਚ ਗੁਰੂ ਨੇ ਧੜਿਆਂ ਨੂੰ ਸਵੀਕਾਰ ਨਹੀਂ ਕੀਤਾ, ਪੰਥ ਵਿੱਚ ਧੜਾ ਨਹੀਂ ਹੋ ਸਕਦਾ। ਉਹਨਾਂ ਨੇ ਪਹਿਲਾ ਕੰਮ ਕੀਤਾ ਕਿ ਗ੍ਰੰਥ ਨਾਲ ਪੰਥ ਨੂੰ ਤੋੜ ਲਿਆ, ਦੂਜਾ ਪੰਥ ਵਿੱਚ ਧੜੇ ਇੰਨੇ ਪੈਦਾ ਕਰ ਦਿੱਤੇ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਵੀ ਨਹੀਂ ਰੋਕ ਸਕੇ। ਜੇ ਪੰਥ ਦਾ ਸਰੂਪ ਗੁਰੂ ਵਾਲਾ ਹੁੰਦਾ ਤਾਂ ਪੰਜਾਬ ਵਿੱਚ ਕਿਹੜੀ ਜ਼ਰੂਰਤ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਜਾਂਦੀ। ਉਹਨਾਂ ਪਹਿਲਾਂ ਸਾਡਾ ਪੰਥ ਦਾ ਸਰੂਪ ਤੋੜ ਲਿਆ, ਮੁੜ ਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਜੋ ਹੈ ਉਹ ਘਟਾ ਕੇ ਦੱਸ ਦਿੱਤਾ ਕਿ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ। ਲੋੜ ਹੈ ਇਸ ਸਿਧਾਂਤ ਨੂੰ ਸਮਝਣ ਦੀ, ਜਿੰਨਾ ਚਿਰ ਪੰਥ ਦੀ ਪੁਨਰ ਸੁਰਜੀਤੀ ਗੁਰੂ ਦੇ ਸਿਧਾਂਤ ਤੋਂ ਮੁੱਖ ਰੱਖ ਕੇ ਜੇ ਨਹੀਂ ਕਰ ਲੈਂਦੇ, ਉਹਨਾਂ ਚਿਰ ਨਾ ਲੋਕ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਗਰਬੀ ਹੋਵੇਗੀ, ਨਾ ਸਿੱਖ ਕੌਮ ਨੂੰ ਆਪਣਾ ਮਾਣ ਸਨਮਾਨ ਮਿਲੇਗਾ। ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਸਿਧਾਂਤ ਅਤੇ ਖੰਡ ਤੋਂ ਬਿਨਾਂ ਸਿੱਖ ਕੌਮ ਕੋਈ ਵੀ ਪ੍ਰਾਪਤੀ ਨਹੀਂ ਕਰ ਸਕਦੀ। ਹੁਣ ਦਾਸ ਬੇਨਤੀ ਕਰੇਗੀ ਸਾਡੇ ਕੋਲ ਬਹੁਤ ਹੀ ਸਤਿਕਾਰ ਹੋਣ ਸਰਦਾਰ ਰਜਿੰਦਰ ਸਿੰਘ ਜੀ ਗੁਰੂ, ਜਿਹੜੇ ਆਪਣੇ ਅੰਦਰ ਪੰਥ ਦਾ ਦਰਦ ਰੱਖਦੇ ਹਨ। ਇਹ ਪ੍ਰੋਗਰਾਮ ਮੈਂ ਸਾਰੇ ਬੁਲਾਰਿਆਂ ਦੇ ਨਾਮ ਬੋਲ ਦਿੰਦਾ, ਸਰਦਾਰ ਪੁਰੇਵਾਲ ਸਾਹਿਬ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰ ਜੋ ਫਰਨਾਲ ਸਿੰਘ ਜੀ ਤੇ ਸੀ, ਔਰ ਮੇਰੇ ਬੜੇ ਪਰਮ ਪਿਆਰੇ ਮਿੱਤਰ ਭੈਣ ਮੈਨੂੰ ਸਾਡੇ ਤੇ ਸਿਖਾ ਰਹੇ ਹਨ ਇਹਨਾਂ ਦੀ ਪ੍ਰੇਰਨਾ ਦੁਆਰਾ। ਸੋ ਦੂਸਰੇ ਸਾਡੇ ਸਰਕਾਰ ਜੋ ਸਾਰੇ ਜਾਣਦੇ ਹਨ, ਭਾਈ ਜੋਗਾ ਸਿੰਘ ਜੀ, ਡਾਕਟਰ ਗੁਰਦੀਪ ਸਿੰਘ ਜੀ ਔਰ ਸਰਦਾਰ ਗੁਰਦੇਵ ਸਿੰਘ ਚੌਹਾਨ, ਸੁਰਦੀਪ ਸਿੰਘ ਰਧਾਵਾ, ਸਰਦਾਰ ਗੁਰਵਿੰਦਰ ਸਿੰਘ, ਸਰਦਾਰ ਪਰਮਿੰਦਰ ਸਿੰਘ, ਸਰਦਾਰ ਗੁਰਮਿੰਦਰ ਸਿੰਘ ਦਾਸ, ਇੱਕ ਬੇਨਤੀ ਕਰੇ ਕਿ ਟਾਈਮ ਦਾ ਜ਼ਰੂਰ ਧਿਆਨ ਰੱਖਿਓ, ਇੰਨਾ ਰੱਖਿਓ ਵੀ ਮੈਂ ਆਪਣਾ ਟਾਈਮ ਤੁਹਾਨੂੰ ਦਿੱਤਾ, ਮੇਰਾ ਵੀ ਪੜ੍ਹਦਾ ਰਹੇ, ਤੁਹਾਡਾ ਵੀ ਪੜ੍ਹਦਾ ਰਹੇ। ਸਰਦਾਰ ਜੀ ਦੱਸਿਆ ਜੀ।